अमृतसर हलका फतेहगढ़ चूड़ियां अधीन पेंदे पिंड मरड़ विखे डिपू होल्डर खिलाफ पिंड वासियों वलों की गई नारेबाजी। इस मौके प्रदर्शनकारिया ने दसिया कि डिपू होल्डर वलों कनक कट देने के विरोध च आम लोगों जिथे जलील किया जाता है उत्थे कुछ व्यक्तियों जाति सूचक अपशब्द बोल जाते हैं। इस मौके आम आदमी पार्टी के वर्करा ने मान सरकार प्रशासन तो मांग की है कि डिपू होल्डर खिलाफ सख्त तो सख्त कार्रवाई की जाए। इस संबंधी जो डिपू होल्डर रजेंद्र सिंह नाल गलबात की गई तो उन्होंने अपने उपर लगे सारे दोषों नकारते हुए कहा कि जो भी दोष लगाए गए हैं उन्होंने वह सब बेबुनियाद ने। इस संबंधी जो संबंधित फूड इंस्पैक्टर नाल संपर्क नहीं हो सकिया पर देखना यह होगा कि सरकार और प्रशासन वालों की कार्रवाई की जाती है। ब्यूरो रिपोर्ट KRT न्यूज नैटवर्क। ਕੀ ਮਸਲਾ ਜੀ? ਮਸਲਾ ਇਹ ਵਾ ਵੀ ਜਿਹੜੀ ਕਣਕ ਡਿਪੂ ਵਿੱਚ ਆਉਂਦੀ ਉਹ ਪੂਰੀ ਨਹੀਂ ਮਿਲਦੀ। 6 ਹੀ ਜੀਆਂ ਤੇ ਸਾਨੂੰ 5 ਜੀਆਂ ਦੀ ਮਿਲਦੀ ਆ। ਉਹਦਾ ਕਾਰਨ ਕੀ? ਕਾਰਨ ਹੁਣ ਪਤਾ ਨਹੀਂ ਆ ਜੀ, ਹੁਣ ਡਿਪੂ ਵਾਲਿਆਂ ਨੂੰ ਪਤਾ, ਮੈਨੂੰ ਕੋਈ ਪਤਾ ਨਹੀਂ ਆ। ਮੇਰਾ ਨਾਮ ਸੁਖਵਿੰਦਰ ਸਿੰਘ ਜੀ। ਕਿਹੜਾ ਪਿੰਡ ਜੀ? ਪਿੰਡ ਮਰੜ। ਹਾਂਜੀ, ਕੀ ਕਹਿਣਾ ਚਾਹੁੰਦੇ ਨੇ? ਮੈਂ ਇਹ ਕਹਿਣਾ ਚਾਹੁੰਦਾ ਕਿ ਸਾਡੇ ਘਰ ਦੇ 6 ਜੀ ਆ ਤੇ ਸਾਨੂੰ 5 ਤੋੜੇ ਮਿਲਦੇ, 1 ਜੀ ਦੇ ਕਿਉਂ ਨਹੀਂ ਮਿਲਦੇ? ਕੀ ਕਾਰਨ ਸਮਝਦੇ ਹੋ? ਹਾਂਜੀ, ਕੀ ਕਾਰਨ ਸਮਝਦੇ ਹੋ? ਡਿਪੂ ਵਾਲਾ ਰੱਖ ਰਿਹਾ ਕਿ ਜਾਂ ਪਿੱਛੋਂ ਘਟ ਆ ਰਹੀ ਆ? ਅਸੀਂ ਉਹਨੂੰ ਪੁੱਛਦੇ ਹਾਂ ਡਿਪੂ ਵਾਲੇ ਨੂੰ, ਉਹ ਕਹਿੰਦਾ ਪਿੱਛੋਂ ਘਟ ਆਉਂਦੀ। ਅੱਛਾ ਜੀ। ਹਾਂਜੀ, ਇਹਦੀ ਇਨਕੁਆਰੀ ਕੀਤੀ ਜਾਵੇ ਸਖਤ ਤੋਂ ਸਖਤ। ਹੋਰ ਕੀ ਆ ਤੁਹਾਡੇ ਨਾਲ ਜਦੋਂ ਤੁਸੀਂ ਕਣਕ ਲੈਣ ਗਏ? ਕਣਕ ਲੈਣ ਇੱਕ ਜਿਹੜਾ ਦਾ ਵਿਹਾਰ ਆ ਉਹ ਬੜਾ ਮਾੜਾ ਮਾੜਾ ਚੰਗਾ ਬੋਲਦਾ, ਇੱਦਾਂ ਉੱਦਾਂ ਜਾਤੀ ਆਪਣੇ ਸ਼ਬਦ ਵੀ ਬੋਲਦਾ। ਬੋਲਦਾ ਕਿ ਨਹੀਂ? ਸਾਰਿਆਂ ਨੂੰ ਬੋਲਦਾ, ਸਾਰਿਆਂ ਨੂੰ ਪਤਾ ਵੀ ਇੱਦਾਂ ਗਲਤ ਬੋਲਦਾ। ਇੱਕ ਉਹਨੇ ਧੀ ਭੈਣ ਨਹੀਂ ਵੇਖਣਾ ਮਾੜਾ ਚੰਗਾ ਬੋਲਣਾ, ਇਹ ਕਰਕੇ ਅਸੀਂ ਕਹਿੰਦੇ ਹਾਂ ਵੀ ਡਿਪੂ ਹੋਰ ਕੇ ਇਹਨੂੰ ਦਿੱਤਾ ਜਾਵੇ। ਮੇਰਾ ਨਾਮ ਬਲਵਿੰਦਰ ਸਿੰਘ ਜੀ। ਕੀ ਮਸਲਾ ਚੱਲਦਾ ਪਿਆ ਜੀ ਅੱਜ? ਮਸਲਾ ਅੰਤਰਾ ਪਿੰਡ 'ਚ ਚੱਲਣ ਡਿਆ ਭਾਜੀ ਜੀ, ਇਹ ਗਰੀਬ ਨੂੰ ਜਿਹੜੀ ਉਹਨੂੰ ਮਿਲਦੀ ਨਹੀਂ ਹੈ। ਅੱਛਾ ਜੀ, ਜੇ ਚੰਗੇ ਭਲੇ ਦਸਾਂ ਦਸਾਂ ਗੱਲਾਂ ਉਹ ਲਈ ਜਾਂਦੇ ਜੀ। ਹਾਂਜੀ ਜੀ, ਅਤੇ ਬਾਕੀ ਜੇ ਚਾਈ ਜਾਈਦਾ ਦਬਕੇ ਮਾਰਦਾ ਬੁੜੀਆਂ ਨੂੰ ਅਤੇ ਬੰਦਿਆਂ ਨੂੰ। ਕੌਣ ਦਬਕੇ ਮਾਰਦਾ? ਉਹ ਡਿਪੂ ਵਾਲੇ। ਕੀ ਨਾਂ ਡਿਪੂ ਵਾਲੇ ਦਾ? ਸਾਈਂ। ਅੱਛਾ ਜੀ ਜੀ, ਤੇ ਕੀ ਮੰਗ ਕੀ ਕਰਦੇ ਹੋ ਹੁਣ? ਮੰਗ ਸਾਡੇ ਬੰਨੇ ਡਿਪੂ ਆਉਣਾ ਚਾਹੀਦਾ। ਠੀਕ ਹੈ ਜੀ। ਹਾਂਜੀ, ਜਿਹੜੇ ਸਾਡੀ ਪੱਤੀ ਦੇ ਸਾਡੇ ਬੰਨੇ ਆਉਣੇ ਚਾਹੀਦੇ। ਠੀਕ ਹੈ ਜੀ। ਹਾਂਜੀ, ਕੀ ਨਾਮ ਵੀਰ ਜੀ ਆਪਣਾ? ਵੀਰ ਜੀ ਬਿਕਰਮਜੀਤ ਸਿੰਘ। ਕਿਹੜਾ ਪਿੰਡ? ਮਰੜਾ ਪਿੰਡ ਵੀਰ ਜੀ। ਅੱਛਾ, ਅੱਜ ਜਿਹੜੇ ਇਕੱਠੇ ਹੋਏ ਕੀ ਮਸਲਾ ਜੀ? ਇਹ ਮਸਲਾ ਵੀਰ ਜੀ ਇਹ ਜੇ, ਮੈਂ ਤੇ ਆਪ ਜ਼ਿਮੀਂਦਾਰ ਆ, ਮੇਰਾ ਕਾਰਡ ਨਹੀਂ ਹਲੇ ਤੱਕ ਬਣਿਆ ਤੇ ਨਾ ਮਹਾਰਾਜ ਬਣਾਵੇ ਹੀ, ਮੈਂ ਆਪਣੇ ਘਰ ਰੋਟੀ ਪਾਣੀ ਸੋਹਣਾ ਖਾਣ ਲਿਆ ਮਾਰੇ ਦੀ ਕਿਰਪਾ ਨਾਲ ਜੀ। ਇਹ ਗਰੀਬ ਲੋਕ ਆ ਸਾਰੇ, ਉਹ ਇਹਨਾਂ ਨਾਲ ਬਦਤਮੀਜੀ ਕਰਦਾ ਵਾ, ਕਈ ਵੇਲੇ ਗਾਲ ਮੰਦਾ ਵੀ ਇਹਨਾਂ ਨੂੰ ਆਉਂਦਾ ਵਾ, ਕਿਸੇ ਵੇਲੇ ਕਾਰਡ ਇਹਨਾਂ ਨੂੰ ਕਾਰਡ ਤੇ ਚਾਹੇ ਪਰਚੀਆਂ ਤੋਂ ਇਹਨਾਂ ਨਾਲ ਹੇਰਾ ਫੇਰੀ ਕਰਦਾ ਵਾ, ਨਹੀਂ ਕੱਟਦਾ ਇਹਨਾਂ ਦੀਆਂ ਜੀ, ਤੇ ਬਾਕੀ ਇਹਨਾਂ ਨੂੰ ਕਣਕ ਦੇ ਤੋੜੇ ਪੂੜੇ ਨਹੀਂ ਦਿੰਦਾ ਇਹਨਾਂ ਨੂੰ ਜੀ। ਇਹ ਜੇ ਉਹਨਾਂ ਨੂੰ ਪੁੱਛਦੇ ਆ ਤੇ ਉਹ ਆਉਂਦਾ ਵਾ, ਤੁਹਾਡੇ ਕੋਲ ਜ਼ੋਰ ਲੱਗਦਾ, ਜ਼ੋਰ ਲੱਗਦਾ ਵਾ ਲਾ ਲਓ, ਤੁਹਾਡੀ ਮਰਜ਼ੀ, ਮੇਰੀ ਮਰਜ਼ੀ ਹੈ, ਮੈਂ ਤੁਹਾਨੂੰ ਦਵਾਂ ਨਾ ਦਵਾਂ। ਇਹ ਕਹਿ ਰਹੇ ਆ ਕਿ ਜਾਤੀ ਸੂਚਕ ਅਪਸ਼ਬਦ ਬੋਲੇ ਜਾਂਦੇ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਹਾਂਜੀ, ਗਲਤ ਮਲਤ ਵੀ ਬੋਲਦਾ ਵਾ ਉਹਨਾਂ ਨੂੰ, ਹੈ ਉਹ ਜ਼ਿਮੀਂਦਾਰ ਆ ਆਪ, ਮਾਨਾ ਕੋਈ ਛੋਟੀ ਕਾਸ਼ਟ ਕੋਈ ਉਹੋ ਜਿਹੇ ਕੋਈ ਹੋਵੇ ਜਿਹੜਾ ਇਸ ਮਤਲਬ ਕਣਕ ਹਰ ਇੱਕ ਗਰੀਬ ਬੰਦੇ ਨੂੰ ਦੇਵੇ, ਗਰੀਬ ਬੰਦੇ ਦਾ ਅਹਿਸਾਸ ਵੇਖੇ। ਮਤਲਬ ਕਿ ਐਸੀ ਕੋਟੇ ਨੂੰ ਜਾਣਾ ਚਾਹੀਦਾ ਡਿਪੂ, ਠੀਕ, ਮਾਤਰ ਤੋਂ ਮਾਤਰ ਬੰਦੇ ਨੂੰ ਵੀ ਕਣਕ ਮਿਲਣੀ ਚਾਹੀਦੀ। ਤੇ ਜਿਹੜਾ ਉਹਦਨ ਪਰਚੀਆਂ ਕੱਢਦੇ ਆ ਉੱਥੇ ਥੋੜਾ ਹੋਇਆ ਵਾ ਮਸਲਾ, ਕਿਵੇਂ ਕੀ ਗੱਲ ਹੋਈ ਹੈ? ਮਸਲਾ ਇਹ ਹੋਇਆ ਵਾ ਉਹਦੀ ਘਰ ਦੀ ਦਾ, ਤੇ ਉਹਦਾ ਜਿਹੜਾ ਸੂਲ ਆ ਹੈ ਉਹ ਲੋਕਾਂ ਨਾਲ ਬਦਤਮੀਜੀ ਕਰਦਾ ਵਾ, ਉਹਦੇ ਵਿੱਚ ਮਾੜੀ ਮੋਟੀ ਤੇ ਫਿਰ ਲਫੜਾਬਾਜੀ ਹੋਣਾ ਹੀ ਹੋਣਾ ਵਾ, ਜਦੋਂ ਕੋਈ ਬੰਦਾ ਕਿਸੇ ਦੀਆਂ ਪਰਚੀਆਂ ਕਟਾਉਂਦਾ ਵਾ ਉੱਤੇ ਪਰਚਾ ਦੇਣ ਦਾ, ਤੇ ਮਤਲਬ ਗਲਤ ਹੈ ਉਹਦਾ ਕਾਨੂੰਨ ਫਿਰ ਇਹ ਜਿਹੜਾ। ਹਾਂਜੀ ਵੀਰ ਜੀ, ਡਿਪੂ ਹੋਲਡਰ ਇੱਥੋਂ ਤੁਸੀਂ? ਹਾਂਜੀ ਜੀ। ਇਹ ਜਿਹੜਾ ਕੱਲ੍ਹ ਮਾਮਲਾ ਗਰਮਾਇਆ ਜੀ, ਕੀ ਮਸਲਾ ਹੈ? ਇਹ ਮਸਲਾ ਕੋਈ ਵੀ ਨਹੀਂ ਹੈ ਜੀ, ਮਸਲਾ ਪਰਚੀਆਂ ਕੱਟਣ ਤੋਂ ਆ। ਮੈਂ ਆਪਣੇ ਦੁਕਾਨ 'ਤੇ ਇੱਥੇ ਪਰਚੀਆਂ ਕੱਢਦਾ ਜਦੋਂ ਵੀ ਕਣਕ ਆਉਂਦੀ ਹੈ, 6 ਸਾਲ ਹੋ ਗਏ ਇੱਥੇ ਆਏ ਹਾਂ, ਪਹਿਲਾਂ ਸਾਡਾ ਘਰ ਉੱਧਰ ਸੀ, ਉੱਥੇ ਕੱਟੀ ਦੀਆਂ ਸੀ, ਹੁਣ ਅਸੀਂ ਇੱਥੇ ਕੱਟਦੇ ਹਾਂ। ਉਹ ਜੋ ਦੂਜੀ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਦਾ ਬੰਦਾ, ਉਹ ਆਉਂਦਾ ਉੱਧਰ ਜਾ ਕੇ ਕੱਟਣੀਆਂ ਆਪਣੇ ਘਰ, ਅਸੀਂ ਆ ਵੀ ਉੱਥੇ ਨਹੀਂ ਮੈਂ ਕੱਟਣੀਆਂ, ਅੱਗੇ ਇੱਕ ਦਿਨ ਲਾ ਆਏ ਗੁਰਦੁਆਰਾ ਸਾਹਿਬ, ਹੁਣ ਆਪਾਂ ਇੱਥੇ ਕੱਟਣੀਆਂ ਨੇ। ਪਹਿਲਾਂ ਉਹਨਾਂ ਦਾ ਫੋਨ ਆਇਆ ਵੀ ਇੱਥੇ ਆਪਣੇ ਘਰੇ ਕੱਟ ਲਓ, ਚਲੋ ਅੱਛਾ ਜੀ, ਮੁੜ ਕੇ ਉਹਦੇ ਨਾਂਹ ਕਰਨ 'ਤੇ ਫਿਰ ਅਸੀਂ ਮੰਨ ਗਏ ਵੀ 12 ਵਜੇ, ਚਲੋ ਮਸ਼ੀਨ 12 ਵਜੇ ਦਾ ਕਹਿ ਗਈ, 12 ਵਜੇ ਉੱਧਰ ਲੈ ਜਾਵਾਂਗੇ ਜੀ, ਪਰ ਉਹ ਨਹੀਂ ਮੰਨਿਆ। ਜਨਾਨੀਆਂ ਦੇ ਖਲੋ 35-40 ਖਲੋਤੀਆਂ, ਉਹਨਾਂ ਨੂੰ ਆਖਿਆ ਵੀ ਤੁਸੀਂ ਇਹ ਪਰਚੀਆਂ ਕੱਟ ਲੈਣ ਦਿਓ। ਉਹਨਾਂ ਵੱਲੋਂ ਦੋਸ਼ ਲਾਏ ਗਏ ਆ ਵੀ ਇਨ ਡਿਪੂ ਹੋਲਡਰ ਵੱਲੋਂ ਕੁਝ ਲੋਕਾਂ ਨੂੰ ਕਣਕ ਘੱਟ ਦਿੱਤੀ ਜਾ ਰਹੀ, ਜਿਹਦੇ ਲਈ ਮੈਂ ਗਿਆ ਗੱਲ ਕਰਨ ਵਾਸਤੇ ਅਤੇ ਉਲਟਾ ਮੇਰੇ ਨਾਲ ਮਿਸਬਿਹੇਵ ਕੀਤਾ ਵਾ। ਇਹ ਵੀ ਗੱਲ ਹੋ ਜਾਏਗੀ, ਉਹਨੂੰ ਆਹਮੋ ਸਾਹਮਣੇ ਹੋਏਗੀ ਅਤੇ ਇੱਥੇ ਕਿੰਨੀ ਦੁਨੀਆ ਸੀ, ਮੈਂ ਗਵਾਹ ਜਿੰਨੇ ਹੈਗੇ, ਮੈਂ ਜਿੰਨੀ ਦੁਨੀਆ ਇੱਥੇ ਉੱਧਰ ਪਰਚੀਆਂ ਕੱਟਣ ਵਾਲੇ ਸੀ, ਜੇ ਇੱਕ ਜਣ ਨੂੰ ਕਹਿ ਦੂਗਾ ਵੀ ਮੈਨੂੰ ਕਣਕ ਘੱਟ ਮਿਲੀ ਆ, ਅਸੀਂ ਦੇਣਦਾਰ ਹੋਵਾਂਗੇ। ਇੱਕ ਲੋਕਾਂ ਦਾ ਕਹਿਣਾ ਵੀ ਸਾਨੂੰ ਉੱਥੇ ਜਾਤੀ ਸੂਚਕ ਗਾਲਾਂ ਕੱਢੀਆਂ ਜਾਂਦੀਆਂ,
ਉਹ ਵੀ ਬੰਦਾ ਸਾਹਮਣੇ ਆਵੇ ਜਿਹਨੇ ਆਖਿਆ ਇੱਕ ਜ਼ਿਮੀਂਦਾਰ ਭਾਈਚਾਰੇ ਤੋਂ ਜਿਨ੍ਹਾਂ ਨੇ ਗਵਾਹੀ ਦਿੱਤੀ ਹੈ ਜੀ ਵਾਕਿਆ ਹੀ ਜਾਤੀ ਸੂਚਕ ਅਫਸਰ ਤੋਂ ਬੋਲੇ ਜਾਂਦੇ ਉਹਨਾਂ ਵੱਲੋਂ ਦੱਸਣ ਜੀ ਉਹ ਚਲੋ ਅਸੀਂ ਤਾਂ ਅੱਜ ਤੱਕ ਕਿਸੇ ਨੂੰ ਨਾ ਮਾੜਾ ਆਖਿਆ ਤੇ ਨਾ ਕਿਸੇ ਨੂੰ ਬੋਲਿਆ ਉਹਨਾਂ ਨੇ ਕਿਹਾ ਵੀ ਇਸ ਡਿਪੂ ਤੋਂ ਸਾਨੂੰ ਕਣਕ ਜਿਹੜੀ ਹੈ ਸਹੀ ਤਰੀਕੇ ਨਾਲ ਨਹੀਂ ਮਿਲਦੀ ਅਤੇ ਉਹਨਾਂ ਦਾ ਟੈਂਪੂ ਜਿਹੜਾ ਕੈਂਸਲ ਹੋਣਾ ਚਾਹੀਦਾ ਅਤੇ ਸਾਡੀ ਪੱਤੀ 'ਚ ਕਿਸੇ ਨੂੰ ਮਿਲਣਾ ਚਾਹੀਦਾ ਜੋ ਵੀ ਹੋਏਗਾ ਕਾਨੂੰਨੀ ਕਾਰਵਾਈ ਹੋਏਗੀ ਕੋਈ ਚੱਕਰ ਨਹੀਂ ਹੈਗਾ ਜੀ ਉਹ ਤਾਂ ਕਾਨੂੰਨੀ ਕਾਰਵਾਈ ਉਹ ਵੀ ਮੈਂ ਘੱਟ ਦਿੰਦਾ ਕਿ ਕੀ ਕਰਦਾ ਇੱਕ ਦੋਸ਼ ਆ ਜੀ ਉਹਨਾਂ ਵੱਲੋਂ ਵੀ ਆਪਣੇ ਚਹੇਤਿਆਂ ਨੂੰ ਕਣਕ ਜ਼ਿਆਦਾ ਦਿੱਤੀ ਜਾਂਦੀ ਆ ਸਾਨੂੰ ਘੱਟ ਦਿੱਤੀ ਜਾਂਦੀ ਆ ਅਤੇ ਸਾਨੂੰ ਧੁੱਪੇ ਖਿਲਾਰ ਕੇ ਹਰਾਸਮੈਂਟ ਕੀਤਾ ਜਾਂਦਾ ਜਿਹੜੇ ਉਹਨਾਂ ਦੇ ਚਹੇਤੇ ਉਹਨਾਂ ਨੂੰ ਪਹਿਲਾਂ ਭੁਗਤਾਨ ਕੀਤਾ ਜਾਂਦਾ ਵਾ ਇਹੋ ਜੀ ਨਾ ਕੋਈ ਗੱਲ ਹੈਗੀ ਹੈ ਨਾ ਕੋਈ ਹੈਗੀ ਆ ਹੁਣ ਜੋ ਮਰਜ਼ੀ ਦੋਸ਼ ਲਾਉਣਾ ਲਾਈ ਜਾਣ ਅਸੀਂ ਸਾਰਿਆਂ ਨੂੰ ਇਕੱਠੇ ਕਰਕੇ ਇੱਥੇ ਖਲੋਂਦੇ ਨੇ ਬੰਦੇ ਲੈਣ ਲਾ ਕੇ ਦਈ ਦੀ ਨਾ ਲੈਣ ਲਾਉਂਦਾ ਕਿਹੜਾ ਇਹਨਾਂ ਨੂੰ ਬੰਦਾ ਪੁੱਛੋ ਕਿ ਇਹਨਾਂ ਪੁੱਛੋ ਵੀ ਲੈਣ ਕਿਸੇ ਨੇ ਲਾਈ ਕਦੀ ਹੱਥ ਜੋੜ ਜੋੜ ਅਸੀਂ ਹਟ ਜਾਂਦੇ ਵੀ ਲੈਣ ਲਾ ਲਓ ਕਦੀ ਕਿਸੇ ਨੇ ਲੈਣ ਨਹੀਂ ਲਾਈ ਇੱਕ ਦੂਜੇ ਦੇ ਉੱਤੋਂ ਆਉਂਦੀ ਡਿੱਗ ਡਿੱਗ ਕੇ ਕਣਕ ਲੈਂਦੇ ਆ ਇੱਕ ਉਹਨਾਂ ਦਾ ਕਹਿਣਾ ਵੀ ਗਰੀਬ ਲੋਕਾਂ ਨੂੰ ਕਣਕ ਘੱਟ ਮਿਲਦੀ ਹੈ ਜਿਹੜੇ ਤਗੜੇ ਆ 20 ਕਿੱਲੇ ਵਾਲੇ ਉਹਨਾਂ ਨੂੰ ਪੂਰੀ ਕਣਕ ਦਿੱਤੀ ਇਹਨਾਂ ਨੂੰ ਇਹ ਪੁੱਛਿਆ ਜਾਵੇ ਵੀ 20 ਕਿੱਲੇ ਵਾਲੇ ਦਾ ਕਿਹੜਾ ਕਾਰਡ ਬਣਿਆ ਪਹਿਲਾਂ ਇਹ ਪਾਰਟੀ ਨੂੰ ਇਹ ਵੀ ਪੁੱਛਿਆ ਜਾਵੇ ਵੀ 20 ਕਿੱਲੇ ਵਾਲੇ ਦਾ ਕਾਰਡ ਹੈਗਾ ਕਿਹਦਾ ਵਾ ਅਸੀਂ ਤਾਂ ਜਿੰਨੇ ਜੀ ਅਸੀਂ ਉਨੀ ਕਣਕ ਦੇਣੀ ਆ ਭਾਵੇਂ ਉਹਦੇ 10 ਕਿੱਲੇ ਆ ਭਾਵੇਂ 8 ਕਿੱਲੇ ਅਸੀਂ ਕਾਰਡ ਨੂੰ ਦੇਣੀ ਆ